ਉਦਾਂ ਕਿਸਾਨਾਂ ਦਾ ਸਿਆਸਤ ਖੂਬ ਹੋ ਰਹੀ ਹੈ ਤੇ ਵਾਰ ਪਲਟਵਾਰ ਦਾ ਦੌਰ ਵੀ ਜਾਰੀ ਹੈ। ਉਧਰ ਪੰਜਾਬ ਸਰਕਾਰ ਵੱਲੋਂ ਚੋਣ ਵਰੇ ਦੇ ਵਿੱਚ ਵਿਖਾਈ ਜਾ ਰਹੀ ਵਿਕਾਸ ਦੀ ਸਰਗਰਮੀ ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਚੁੱਕੇ ਤੇ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ ਆਖਰੀ ਵਰੇ ਵਿੱਚ ਪੰਜਾਬ ਸਰਕਾਰ ਵੱਲੋਂ ਗਲਤ ਤਰੀਕੇ ਨਾਲ ਪ੍ਰਮੋਸ਼ਨ ਤੇ ਹੋਰ ਰਿਆਇਤਾਂ ਦਿੱਤੀਆਂ ਗਈਆਂ ਨੇ ਤੇ ਉਹਨਾਂ ਦੀ ਸਰਕਾਰ ਆਉਣ ਤੇ ਉਹ ਹਰ ਗਲਤ ਫੈਸਲੇ ਨੂੰ ਰਿਵਿਊ ਕਰਨਗੇ, ਜਿਸ ਤੇ ਜਵਾਬ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਤੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਸੂਬੇ 'ਚ ਇੱਕ ਵੀ ਨਵੀਂ ਭਰਤੀ ਨਹੀਂ ਕੀਤੀ ਗਈ। ਪ੍ਰਬੰਧ ਕੀਤੇ ਕੁਛ ਤੁਸੀਂ, ਹੁਣ ਅਖੀਰ ਚ ਆ ਕੇ ਹੁਣ ਅਸੀਂ ਪੱਕੇ ਕਰਾਂਗੇ। ਜਦ 9 ਸਾਲ ਤੇ 11 ਮਹੀਨੇ ਲੰਘ ਗਏ ਉਦੋਂ ਤਾਂ ਪੱਕੇ ਨਹੀਂ ਕੀਤੇ। ਅਖੀਰਲੇ ਮਹੀਨੇ ਤੁਹਾਨੂੰ ਯਾਦ ਆਇਆ ਕਿ ਅਸੀਂ ਪੱਕੇ ਕਰਨੀਆਂ ਨੇ ਨੌਕਰੀਆਂ, ਔਰ ਪਿਛਲੇ 2 ਦਿਨਾਂ 'ਚ 300 ਆਪਣੇ ਜਿਹੜੇ ਨਿੱਜੀ ਸਾਥੀ ਨੇ ਉਹਨਾਂ ਨੂੰ ਵੱਡੇ ਵੱਡੇ ਉੱਥੇ ਅਹੁਦਿਆਂ 'ਤੇ ਲਾਤਾ। ਮਹੀਨਾ ਰਹਿ ਜਾਣ, ਵਾਹਿਗੁਰੂ ਨੇ ਸਾਨੂੰ ਅੱਜ ਕੇ ਬਖਸ਼ਿਸ਼ ਕੀਤੀ ਨਾ। ਅਗਰ ਕਾਂਗਰਸ ਸਰਕਾਰ ਆਈ ਆ 300 ਦੇ 300 ਮੈਂ ਉੱਥੇ ਪੱਟ ਕੇ ਬਾਹਰ ਕੱਢਨੇ ਨੇ ਇੱਥੋਂ। ਕਹੋ ਕਿ ਅਸੀਂ ਕੈਪਟਨ ਦੀ ਤਾਂ ਗੱਲ ਮੰਨਦੇ ਨਹੀਂ, ਕਿਉਂਕਿ ਕੈਪਟਨ ਨੇ ਕਿਹਾ ਸਾਨੂੰ 50 ਰੁਪਏ ਬੋਨਸ ਦੇਵਾਂਗਾ, ਦਵਾਨੀ ਦਿੱਤੀ ਨਹੀਂ। ਆਈ ਕੈਪਟਨ ਨੇ ਸਾਡੇ ਟਿਊਬਲਾਂ ਦੇ ਬਿੱਲ ਲਾਏ, ਆਈ ਕੈਪਟਨ ਨੇ ਸਗਨ ਸਕੀਮ ਤੇ ਪੈਨਸ਼ਨ ਬੰਦ ਰੱਖੀ 2-2 ਸਾਲ। ਆਈ ਕੈਪਟਨ ਨੇ ਨੌਕਰੀਆਂ ਬੰਦ ਰੱਖੀਆਂ ਤੇ ਹੁਣ ਕਹਿੰਦਾ ਮੈਂ 10 ਲੱਖ ਨੌਕਰੀ ਦਊਂਗਾ। ਕੈਪਟਨ ਸਾਹਿਬ, ਤੁਹਾਨੂੰ ਆਪ ਹੀ ਨਹੀਂ ਪਤਾ ਤੁਹਾਨੂੰ ਕੋਈ ਮੁੱਖ ਮੰਤਰੀ ਬਣਾਊਗਾ ਕਿ ਨਹੀਂ ਕਾਂਗਰਸ ਦਾ, ਜਿਹੜੀ ਪਾਰਟੀ ਦੇ ਮੁਖੀ ਨੂੰ ਪਤਾ ਹੀ ਨਹੀਂ ਕਿ ਮੈਨੂੰ ਟਿਕਟ ਮਿਲਣੀ ਹੈ ਕਿ ਨਹੀਂ ਮਿਲਣੀ, ਉਹ ਕਿਵੇਂ ਤੁਹਾਨੂੰ ਫਾਰਮ ਭਰਾ ਲੂਗਾ।